ਬਾਰ ਤੋਂ ਫਿਰ ਆਪਣੇ ਯੂਟਿਊਬ ਚੈਨਲ ਵਿੱਚ, ਜਿਸ ਦਾ ਨਾਮ ਹੈ ਐਵਰੀ ਟਾਈਮ ਸਟੱਡੀ। ਜਿਵੇਂ ਕਿ ਤੁਹਾਨੂੰ ਪਤਾ ਹੀ ਜੀ ਕਿ ਆਪਣੇ ਹਿੰਦੀ ਦੇ ਪਹਿਲਾਂ ਜਿਹੜੇ 3 ਲੈਕਚਰ ਹੋ ਚੁੱਕੇ ਨੇ, ਅਤੇ 3 ਲੈਕਚਰ 'ਚ ਅਸੀਂ ਤੁਹਾਨੂੰ ਕਾਫੀ ਕੁਝ ਕਰਵਾ ਚੁੱਕੇ ਹਾਂ ਜੀ। ਅਤੇ ਅੱਜ ਦੀ ਵੀਡੀਓ 'ਚ ਤੁਹਾਨੂੰ ਹਿੰਦੀ ਦਾ ਜਿਹੜਾ ਚੌਥਾ ਲੈਕਚਰ, ਆਪਣਾ ਚੌਥਾ ਲੈਕਚਰ ਕਰਵਾਉਣ ਜਾ ਰਹੇ ਹਾਂ ਜੀ। 3 ਲੈਕਚਰਾਂ 'ਚ ਤੁਹਾਡਾ ਬਹੁਤ ਜ਼ਿਆਦਾ ਪਿਆਰ ਮਿਲਿਆ, ਇਸ ਲਈ ਉਹਨਾਂ ਨੂੰ ਦੇਖਦੇ ਹੋਏ ਅੱਜ ਆਪਾਂ ਚੌਥਾ ਲੈਕਚਰ ਕਰਨ ਜਾ ਰਹੇ ਹਾਂ ਜੀ। ਤੁਹਾਨੂੰ ਦੱਸਦਾ ਮੈਂ ਜੀ ਕਿ ਆਪਣੇ ਜਿਹੜਾ ਪਹਿਲਾ ਲੈਕਚਰ ਸੀ, ਉਸ 'ਚ ਆਪਣੀ ਭਾਸ਼ਾ ਲਿਪੀ ਵਰਨ ਵਿਚਾਰ ਦੋ ਟੌਪਿਕ ਹੋਏ ਸੀ ਜੀ ਪਹਿਲੇ ਲੈਕਚਰ 'ਚ। ਅਤੇ 1 ਲੈਕਚਰ ਆਪਣਾ ਫਿਰ ਉਸ ਤੋਂ ਪਹਿਲਾਂ ਹੋਇਆ ਸੀ, 2 ਲੈਕਚਰ ਹੋ ਚੁੱਕੇ ਸੀ। ਅਤੇ ਆਪਣਾ ਤੁਹਾਨੂੰ ਟੋਟਲੀ ਦੱਸਦਾ ਮੈਂ 3 ਲੈਕਚਰਾਂ 'ਚ ਕਿਹੜੇ ਕਿਹੜੇ ਟੌਪਿਕ ਹੋ ਚੁੱਕੇ ਜੀ। ਭਾਸ਼ਾ ਲਿਪੀ, ਵਰਨ ਵਿਚਾਰ, ਸ਼ਬਦ ਵਿਚਾਰ, ਵਿਕਾਰੀ ਸ਼ਬਦ, ਅਵਿਕਾਰੀ ਸ਼ਬਦ, ਤਤਸਮ ਅਤੇ ਤਦਭਵ ਸ਼ਬਦ, ਇਹ ਸਭ ਟੌਪਿਕ ਜਿਹੜੇ ਜੀ ਤੁਸੀਂ ਗਿਣ ਸਕਦੇ ਹੋ ਜੀ, ਜਿਹੜੇ 6 ਟੌਪਿਕ ਆ ਇਹ ਪਹਿਲੇ 3 ਲੈਕਚਰਾਂ 'ਚ ਹੋ ਚੁੱਕੇ ਨੇ ਜੀ। ਕੈਂਡੀਡੇਟਸ ਦਾ ਬਹੁਤ ਹੀ ਜ਼ਿਆਦਾ ਪਿਆਰ ਮਿਲਿਆ। ਜੇਕਰ ਜੇ ਕਿਸੇ ਕੈਂਡੀਡੇਟਸ ਨੇ ਨਹੀਂ ਦੇਖੇ ਇਹ ਟੌਪਿਕ ਪੂਰੀ ਚੰਗੀ ਤਰ੍ਹਾਂ ਐਕਸਪਲੇਨ ਕੀਤੇ ਗਏ ਹੋਏ ਆ, ਤਾਂ ਤੁਸੀਂ ਵੀਡੀਓ ਡਿਸਕ੍ਰਿਪਸ਼ਨ 'ਚ ਜਾ ਕੇ ਜਾਂ ਚੈਨਲ ਦੀ ਪਲੇਲਿਸਟ ਲਿਸਟ 'ਚ ਜਾ ਕੇ ਦੇਖ ਸਕਦੇ ਹੋ ਜੀ। ਅਤੇ ਅੱਜ ਦੀ ਵੀਡੀਓ 'ਚ ਅਸੀਂ ਕਰਾਂਗੇ ਜੀ 2 ਟੌਪਿਕ ਹੋਰ। ਕਿਹੜੇ ਕਿਹੜੇ ਟੌਪਿਕ ਕਰਾਂਗੇ ਜੀ? ਇੱਕ ਤਾਂ ਆਪਣਾ ਕਰਾਂਗੇ ਜੀ ਪ੍ਰਾਇਵਾਚੀ ਸ਼ਬਦ ਕੀ ਹੁੰਦੇ ਆ ਜੀ, ਅਤੇ ਕਰਾਂਗੇ ਆਪਾਂ ਅਨੇਕ ਸ਼ਬਦੋਂ ਕੇ ਲੀਏ ਏਕ ਸ਼ਬਦ। ਤਾਂ ਇਹ 2 ਟੌਪਿਕ ਆਪਾਂ ਅੱਜ ਦੀ ਵੀਡੀਓ 'ਚ ਕਰਾਂਗੇ ਜੀ, ਚੰਗੀ ਤਰ੍ਹਾਂ ਐਕਸਪਲੇਨ ਕਰਾਂਗੇ ਜੀ। ਤਾਂ ਬਿਨਾਂ ਟਾਈਮ ਵੇਸਟ ਕੀਤੇ ਜੀ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਅਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕੁਐਸਟ ਆ, ਜੋ ਕਿ ਹਰ ਇੱਕ ਵੀਡੀਓ 'ਚ ਕਹਿਣੇ ਰਿਕੁਐਸਟ ਕਰਦੇ ਜੀ, ਕਿ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ, ਤਾਂ ਕਿ ਤੁਹਾਨੂੰ ਸਾਡੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ। ਅਤੇ ਕੈਂਡੀਡੇਟਸ ਨੂੰ ਕਹਿਣਾ ਚਾਹੂੰਗਾ ਕਿ ਜੇਕਰ ਮੈਥ, ਇੰਗਲਿਸ਼, SST ਜਾਂ ਸਾਇੰਸ ਦੇ ਲੈਕਚਰ ਚਾਹੁੰਦੇ ਹੋ ਤਾਂ ਤੁਸੀਂ ਚੈਨਲ ਦੀ ਪਲੇਲਿਸਟ 'ਚ ਜਾ ਕੇ ਦੇਖ ਸਕਦੇ ਹੋ ਜੀ। ਤਾਂ ਚਲੋ ਜੀ, ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਕੈਂਡੀਡੇਟਸ ਨੂੰ ਦੱਸ ਦੇਵਾਂ ਜੀ ਕਿ ਉਹਨਾਂ ਇਨਫੋਰਮੇਸ਼ਨ ਲਈ ਕਿ ਕਾਫੀ ਕੈਂਡੀਡੇਟਸ ਕਮੈਂਟ ਸੀ ਕਿ ਸਰ ਤੁਹਾਡਾ ਜਿਹੜਾ ਵਟਸਐਪ ਨੰਬਰ ਦੇ ਦਿਓ ਜੀ ਜਾਂ ਤੁਹਾਡੀ ਈਮੇਲ ID ਦੇ ਦਿਓ। ਤਾਂ ਤੁਹਾਨੂੰ ਦੱਸਦਾ ਕਿ ਤੁਹਾਡੀ ਹੈਲਪ ਲਈ ਆਪਾਂ ਇੰਸਟਾਗ੍ਰਾਮ ID ਬਣਾ ਲਈ ਆ ਜੀ। ਅੱਜ 25 ਮਾਰਚ ਹੋ ਚੁੱਕੀ ਹੈ ਤਾਂ ਅੱਜ ਆਪਾਂ ਇੰਸਟਾਗ੍ਰਾਮ ID ਬਣਾਈ ਆ, ਐਵਰੀ ਟਾਈਮ ਸਟੱਡੀ 123 ID ਜੀ। ਆਪਣੀ ਇੰਸਟਾ 'ਤੇ ਸਰਚ ਕਰੋ ਅਤੇ ਜਾ ਕੇ ਫੋਲੋ ਕਰ ਲਓ, ਜੇ ਕਿਸੇ ਵੀ ਪ੍ਰਕਾਰ ਦੀ ਹੈਲਪ ਦੀ ਲੋੜ ਆ ਮੈਸੇਜ ਕਰ ਸਕਦੇ ਹੋ ਜੀ। ਤਾਂ ਚਲੋ ਜੀ, ਸ਼ੁਰੂ ਕਰਦੇ ਹਾਂ ਅੱਜ ਦਾ ਵੀਡੀਓ। ਅੱਜ ਦਾ ਟੌਪਿਕ ਹੈ ਜੀ ਆਪਣਾ ਪ੍ਰਾਇਵਾਚੀ। ਤਾਂ ਤੁਹਾਨੂੰ ਦੱਸਣਾ ਪ੍ਰਾਇਵਾਚੀ ਸ਼ਬਦ ਕੀ ਹੁੰਦੇ ਆ। ਪ੍ਰਾਇਵਾਚੀ ਸ਼ਬਦ ਦੀ ਤੁਹਾਨੂੰ ਪਰਿਭਾਸ਼ਾ ਦੇਣ ਤੋਂ ਪਹਿਲਾਂ ਐਗਜ਼ਾਮਪਲ ਦਊਂਗਾ ਜੀ, ਕਿਉਂਕਿ ਫਿਰ ਚੰਗੀ ਤਰ੍ਹਾਂ ਸਮਝ ਆਜੂ। ਜੇ ਮੈਂ ਪਹਿਲਾਂ ਪਰਿਭਾਸ਼ਾ ਦੇਤੀ ਤਾਂ ਫਿਰ ਤੁਹਾਨੂੰ ਸਮਝ ਨਹੀਂ ਆਉਣਾ, ਇਸ ਲਈ ਪਹਿਲਾਂ ਆਪਾਂ ਐਗਜ਼ਾਮਪਲ ਲੈਣਾ ਜੀ। ਐਗਜ਼ਾਮਪਲ ਕੀ ਲੈ ਸਕਦੇ ਆਪਾਂ ਤੁਹਾਨੂੰ ਦੱਸਦਾ ਮੈਂ। ਦੇਖੋ ਜੀ, ਆਪਣੇ ਕੋਲ ਐਗਜ਼ਾਮਪਲ ਆ, ਮੰਨ ਲਓ ਪਾਣੀ ਆ, ਠੀਕ ਹੈ ਜੀ, ਆਪਣੇ ਕੋਲ ਪਾਣੀ ਆ। ਤਾਂ ਪਾਣੀ ਨੂੰ ਆਪਾਂ ਕੀ ਕਹਿ ਸਕਦੇ ਹਾਂ? ਜਲ ਵੀ ਕਹਿ ਸਕਦੇ ਹਾਂ ਜੀ। ਜਲ ਦੇ ਨਾਲ ਨਾਲ ਤੁਹਾਨੂੰ ਪਤਾ ਕਿ ਪਾਣੀ ਨੂੰ ਆਪਾਂ ਨੀਰ ਵੀ ਕਹਿ ਦਿੰਦੇ ਹਾਂ। ਤਾਂ ਇਹੋ ਜਿਹੇ ਸ਼ਬਦ ਜਿਨ੍ਹਾਂ ਦੇ ਸਮਾਨ ਅਰਥ ਹੋਣ, ਦੇਖੋ ਜੀ ਪਾਣੀ ਨੂੰ ਚਾਹੇ ਜਲ ਕਹੀਏ ਚਾਹੇ ਨੀਰ ਕਹੀਏ, ਗਲਤ ਇੱਕ ਹੀ ਆ। ਤਾਂ ਸੋਰੀ ਕੈਂਡੀਡੇਟਸ, ਲੈਕਚਰ ਆਪਣਾ ਹਿੰਦੀ ਦਾ ਜੀ, ਪੰਜਾਬੀ 'ਚ ਗੱਲ ਕਰ ਰਹੇ ਹਾਂ ਤਾਂ ਲੈਕਚਰ ਆਪਣਾ ਹਿੰਦੀ 'ਚ ਚੱਲੂਗਾ ਜੀ। ਹਿੰਦੀ ਦੀ ਵੀਡੀਓ ਆ ਤਾਂ ਹਿੰਦੀ 'ਚ ਲੈਕਚਰ ਚੱਲੂਗਾ। ਤਾਂ ਚਲੋ ਜੀ, ਹਿੰਦੀ 'ਚ ਗੱਲ ਕਰਦੇ ਜੀ। ਪਾਣੀ ਕੋ ਹਮ ਜੈਸੇ ਜਲ ਕਹਿ ਸਕਤੇ ਹੈਂ, ਨੀਰ ਕਹਿ ਸਕਤੇ ਹੈਂ, ਵੈਸੇ ਇਨਮੇਂ ਕੋਈ ਮਤਲਬ ਕੋਈ ਡਿਫਰੈਂਸ ਨਹੀਂ ਹੈ। ਪਾਣੀ ਕੋ ਚਾਹੇ ਜਲ ਕਹੇ ਚਾਹੇ ਨੀਰ ਕਹੇ, ਬਾਤ ਤੋਂ ਇੱਕ ਹੀ ਹੈ। ਐਸੇ ਹੀ ਇਸਕੀ ਪਰਿਭਾਸ਼ਾ ਬਤਾ ਦੂੰਗਾ ਮੈਂ ਆਪਕੋ। ਅਬ ਦੇਖੀਏ, ਆਪਕੋ ਪਹਿਲੇ ਐਗਜ਼ਾਮਪਲ ਇਸ ਲਈ ਬਤਾਇਆ, ਅਬ ਆਪਕੋ ਅੱਛੀ ਤਰ੍ਹਾਂ ਸਮਝ ਆਏਗਾ। ਦੇਖੀਏ, ਜੋ ਸ਼ਬਦ ਸਮਾਨ ਅਰਥ ਜਾਂ ਮਿਲਤੇ ਜੁਲਤੇ ਅਰਥ ਕਾ ਬੋਧ ਕਰਾਤੇ ਹੋ ਹੈ, ਉਨਹੇ ਪ੍ਰਾਇਵਾਚੀ ਸ਼ਬਦ ਕਹਤੇ ਹੈ। ਦੇਖੀਏ, ਜਲ ਕੋ ਪਾਣੀ ਕਹੇ ਚਾਹੇ ਨੀਰ ਕਹੇ, ਹੈ ਤੋ ਇੱਕ ਹੀ ਅਰਥ ਉਨਕਾ, ਪਾਣੀ ਹੈ। ਤੋ ਦੇਖੀਏ, ਜੋ ਸ਼ਬਦ ਸਮਾਨ ਅਰਥ ਮਤਲਬ ਅਰਥਾਤ ਜੋ ਪਾਣੀ ਔਰ ਜਲ ਔਰ ਨੀਰ ਹੈ ਤੋ ਸਮਾਨ ਹੀ ਔਰ ਮਿਲਤੇ ਜੁਲਤੇ ਵੀ ਆਪਸੇ, ਤੋ ਇੱਕ ਚੀਜ਼ ਕਾ ਅਰਥ ਤੋਂ ਉਨਕਾ ਇੱਕ ਹੈ, ਸ਼ਬਦ 3 ਹੈ, ਅਰਥ ਉਨਕਾ ਇੱਕ ਹੈ। ਤੋ ਇਸੇ ਸ਼ਬਦ ਨੂੰ ਕਿਆ ਕਹਤੇ ਹੈਂ? ਪ੍ਰਾਇਵਾਚੀ ਸ਼ਬਦ ਕਹਤੇ ਹੈ। ਤੋ ਆਈ ਹੋਪ ਕਿ ਆਪਕੋ ਪ੍ਰਾਇਵਾਚੀ ਸ਼ਬਦ ਕੀ ਜੋ ਪਰਿਭਾਸ਼ਾ ਹੈ ਉਸਕਾ ਪਤਾ ਚੱਲ ਗਿਆ ਹੋਗਾ, ਔਰ ਅਬ ਹਮ ਆਪਕੋ ਕੁਛ ਐਗਜ਼ਾਮਪਲ ਦੇਂਗੇ ਜਿਸਕੇ ਜ਼ਰੀਏ ਆਪਕੋ ਅੱਛੀ ਤਰ੍ਹਾਂ ਸੇ ਸਮਝ ਆ ਜਾਏਗਾ ਕਿ ਪ੍ਰਾਇਵਾਚੀ ਸ਼ਬਦ ਕੌਣ ਸੇ ਹੋਤੇ ਹੈਂ। ਤੋ ਕੁਛ ਐਗਜ਼ਾਮਪਲ ਦੇਖ ਲੀਜੀਏ ਤਾਂ ਕਿ ਆਪਕੋ ਪ੍ਰਾਇਵਾਚੀ ਸ਼ਬਦੋਂ ਕੋ ਅੱਛੀ ਪ੍ਰਕਾਰ ਸੇ ਆਪਕੋ ਪ੍ਰਾਇਵਾਚੀ ਸ਼ਬਦੋਂ ਕਾ ਗਿਆਨ ਹੋ ਜਾਏ। ਤੋ ਸਬਸੇ ਪਹਿਲੇ ਦੇਖੀਏ ਗਰ, ਠੀਕ ਹੈ। ਗਰ ਗਰ ਕੋ ਹਮ ਕਿਆ ਕਹਿ ਸਕਤੇ ਹੈਂ? ਗ੍ਰਹਿ ਵੀ ਕਹਿ ਸਕਤੇ ਹੈਂ, ਸਦਨ ਵੀ ਕਹਿ ਸਕਤੇ ਹੈਂ, ਭਵਨ ਵੀ ਕਹਿ ਸਕਤੇ ਹੈਂ, ਆਵਾਸ ਵੀ ਕਹਿ ਸਕਤੇ ਹੈਂ, ਔਰ ਮਕਾਨ ਵੀ ਕਹਿ ਸਕਤੇ ਹੈਂ। ਤੋ ਐਸੇ ਸ਼ਬਦ ਜਿਨਕੋ ਹਮ ਕਾਫੀ ਸ਼ਬਦੋਂ ਮੇਂ ਪ੍ਰਯੋਗ ਕਰ ਸਕਤੇ ਹੋ। ਤੋ ਦੇਖੀਏ, ਗਰ ਕੋ ਹਮ ਕਿਤਨੇ ਸ਼ਬਦੋਂ ਕਾ, ਗਰ ਕੇ ਲੀਏ ਹਮ ਕਿਤਨੇ ਸ਼ਬਦੋਂ ਕਾ ਪ੍ਰਯੋਗ ਕਰ ਸਕਤੇ ਹੈਂ, ਲੇਕਿਨ ਅਰਥ ਤੋ ਉਨਕਾ ਇੱਕ ਹੀ ਹੈ ਨਾ। ਤੋ ਬਹੁਤ ਜ਼ਿਆਦਾ ਮਤਲਬ 2 ਸੇ ਅਧਿਕ ਸ਼ਬਦ ਹੋ ਔਰ ਅਰਥ ਉਨਕਾ ਕਿਆ ਹੋ, ਏਕ ਹੀ ਹੋ। ਤੋ ਐਸੇ ਸ਼ਬਦ ਕਿਆ ਹੋਤੇ ਹੈਂ? ਪ੍ਰਾਇਵਾਚੀ ਸ਼ਬਦ ਹੋਤੇ ਹੈਂ। ਤੋ ਆਪਕੇ ਸਾਹਮਣੇ ਹੈ, ਦੇਖੀਏ, ਜੇ ਗਰ ਹੈ, ਗਰ ਕੇ, ਗਰ ਕੋ ਹਮ ਕਿਤਨੇ ਸ਼ਬਦੋਂ ਕੇ ਦੁਆਰਾ ਕਹਿ ਸਕਤੇ ਹੈਂ? ਤੋ ਜੇ ਹਮਾਰੇ ਕੌਣ ਸੇ ਸ਼ਬਦ ਹੋਗੇ? ਪ੍ਰਾਇਵਾਚੀ ਸ਼ਬਦ ਹੋਗੇ। ਅਬ ਆਪ ਨੈਕਸਟ ਦੇਖੀਏ, ਦੇਖੀਏ ਰਾਤ, ਰਾਤ ਕੋ ਹਮ ਕਿਆ ਕਹਿ ਸਕਤੇ ਹੈਂ? ਰਾਤਰੀ ਵੀ ਕਹਿ ਸਕਤੇ ਹੈਂ, ਰਜਨੀ ਵੀ ਕਹਤੇ ਹੈਂ, ਨੀਸ਼ਾ ਵੀ ਕਹਤੇ ਹੈਂ, ਔਰ ਜਾਮਨੀ ਵੀ ਕਹਤੇ ਹੈਂ। ਤੋ ਇੱਕ ਸ਼ਬਦ ਕੋ ਕਾਫੀ ਸ਼ਬਦੋਂ ਕੇ ਦੁਆਰਾ ਮਤਲਬ ਅਰਥ ਉਨਕਾ ਇੱਕ ਹੈ ਲੇਕਿਨ ਸ਼ਬਦ ਹੈ ਜੋ ਕਾਫੀ ਹੈ। ਐਸੀ ਨੈਕਸਟ ਦੇਖੀਏ, ਰਾਜਾ, ਦੇਖੀਏ ਰਾਜਾ, ਰਾਜਾ ਕੋ ਹਮ ਨਰਪਤੀ ਵੀ ਕਹਿ ਸਕਤੇ ਹੈਂ, ਨਰਪ ਵੀ ਕਹਤੇ ਹੈਂ, ਔਰ ਭੂਪਤੀ ਵੀ ਕਹਤੇ ਹੈਂ ਰਾਜਾ ਕੋ। ਨੈਕਸਟ ਐਗਜ਼ਾਮਪਲ ਦੇਖੀਏ, ਸਤਰੀ, ਸਤਰੀ ਕੋ ਨਾਰੀ ਵੀ ਕਹਾ ਜਾਤਾ ਹੈ, ਮਹਿਲਾ ਵੀ ਕਹੀ ਕਹਾ
तो आपको पता चल गया होगा कि पर्यायवाची शब्द किसे कहते हैं। ये था हमारा आज का पहला टॉपिक जो कि हुआ कंप्लीट। अब हम बात करते हैं सेकंड टॉपिक की। तो देखिए सेकंड टॉपिक हमारा था अनेक शब्दों के लिए एक शब्द, तो ऐसा टॉपिक में था, तो इसको हम अनेकार्थी शब्द कहते हैं। तो टॉपिक में क्या था हमारे, अनेक शब्दों के लिए एक शब्द, और इसको हम क्या कह सकते हैं, अनेकार्थी शब्द भी कहते हैं। तो इसकी परिभाषा और एग्जाम्पल देने से पहले मैं आपको बात बताऊं कि पर्यायवाची और अनेकार्थी शब्द में हमें अंतर पहचानना बहुत जरूरी है, इसलिए पहले आपको इन दोनों का मैं अंतर बताऊंगा कि पर्यायवाची शब्द और अनेकार्थी शब्द में क्या अंतर है। तो देखिए पर्यायवाची और अनेकार्थी शब्द में क्या अर्थ है। तो देखिए अगर हमने इसमें बोला था जल, ठीक है, जल को हम क्या कहते हैं, पानी भी कह सकते हैं, नीर भी कह सकते हैं, तो तीनों का अर्थ तो इनका सेम ही है ना, ये तीन हो गए, तीनों का अर्थ तो सेम है। और लेकिन अनेक अर्थ शब्द में क्या होता है, देखिए ठीक है, अगर हमारे पास सोना है, ठीक है सोना है, शब्द एक है लेकिन इसके अर्थ कितने निकलते हैं, शब्द तो एक है, अर्थ इसके दो निकल रहे हैं। अर्थ कैसे निकल रहे हैं, देखिए देखिए, राम बहुत थक चुका था इसलिए वह रात के 8 बजे ही सो गया, तो सोना ऐसे कह सकते हैं हम, राम बहुत थक चुका था इसलिए वह उसे जल्दी सोना पड़ा। तो जहां पर सोना हमारा हो गया नींद से भी संबंधित हो गया, और हम कह सकते हैं कि आज के समय में सोना बहुत ही महंगा है, तो जो सोना एक आभूषण, जो गहने भी, गहनों को भी हम सोना कहते हैं। तो इसी तरह शब्द एक है, शब्द एक है, अर्थ कितने निकल रहे हैं, दो निकल रहे हैं। तो ऐसे शब्द जिनके अर्थ दो या दो से अधिक निकले तो वो कौन से शब्द होते हैं, अनेकार्थी शब्द। लेकिन जो शब्द काफी हो लेकिन अर्थ एक ही हो तो वो पर्यायवाची शब्द। तो आई होप कि आपको अनेकार्थी शब्द और पर्यायवाची में आपको अंतर का पता चल गया होगा। तो अब हम बात करते हैं अनेकार्थी शब्द के कुछ एग्जाम्पल की और उसके उदाहरण की। तो देख लीजिए अनेकार्थी शब्द किसे कहते हैं, तो हम आपको परिभाषा करवा रहे हैं। तो एक शब्द के एक से अधिक अर्थ निकले उसे अनेकार्थी शब्द कहते हैं। मतलब कोई, अर्थात जैसे हमने बोला सोना, सोना सोना के दो शब्द थे, एक तो नींद से संबंधित था सोना, और एक आभूषण जो गहने होते हैं, ठीक है। तो हमारा शब्द एक है लेकिन अर्थ कितने निकल रहे हैं, दो या दो से अधिक, तो वो कौन से शब्द होते हैं, अनेकार्थी शब्द। एक बात कैंडिडेट्स को बताना चाहूंगा कि अगर आपको क्वेश्चन करा रहा है ऑप्शन, काफ़ी कैंडिडेट्स का जो क्वेश्चन होता है कि हमें सर ऑप्शनली क्वेश्चन करवाइए, मैं आपको कहता हूँ कि अगर आप 200 क्वेश्चन भी पढ़ दोगे ना ऑप्शनली तो कोई फ़ायदा नहीं उसका। क्यों नहीं फायदा, क्योंकि अगर आपको जो जिस बात से प्रश्न पूछने चाहिए पूछेंगे, देखिए अनेकार्थी शब्द टॉपिक है हमारा, तो इससे इस टॉपिक से क्वेश्चन पूछेंगे, अगर हमें ये टॉपिक क्लियर हो जाएगा कि ये अनेकार्थी शब्द होते क्या है, इसके एग्जाम्पल पता चल जाएंगे, तो हम अनेकार्थी टॉपिक का कोई भी क्वेश्चन सॉल्व कर सकते हैं। लेकिन अगर हम ऐसे बिना अनेकार्थी शब्द समझे कि अनेकार्थी शब्द किसे कहते हैं, बिना इसे समझे क्वेश्चन करते रहे तो उसका कोई फायदा नहीं। तो इसलिए आपको कह रहा हूँ कि अगर आप ऑनलाइन में नहीं पढ़ना चाहते, यूट्यूब से नहीं पढ़ना चाहते, अगर आप बुक से पढ़ना चाहते हैं, तो आप प्लीज़ क्वेश्चन ना पढ़ें, आप उसको अच्छी तरह से समझें कि टॉपिक कौन सा है, उसे अच्छी तरह से समझें। तो इसीलिए मैं कैंडिडेट्स को सिलेबस के अकॉर्डिंग एक एक टॉपिक अच्छी तरह से समझाने की कोशिश कर रहा हूँ, अपनी तरफ से अच्छी तरह से समझाने की कोशिश कर रहा हूँ। कैंडिडेट्स का रिस्पॉन्स भी आता है कि उन्हें अच्छी तरह से समझा रहा है। तो चलिए अब हम बात ही कर टॉपिक पर ही बात करते हैं। तो आई होप आपको जो कहना चाह रहा हूँ मैं समझ आ गया होगा। तो देखिए आपको पता चल गया होगा कि अनेकार्थी शब्द किसे कहते हैं, तो कुछ एग्जाम्पल के राही आपको समझाना चाहता हूँ अब कि अनेकार्थी शब्द किस प्रकार के हो सकते हैं। तो कुछ एग्जाम्पल देख लीजिए, देखिए अनेकार्थी शब्द के, देखिए उदाहरण बताइए, तो फल, फल कैसे हो सकते हैं अनेकार्थी शब्द, आपको बताता हूँ। देखिए तो अगर हम कहें कि रमन ने परीक्षा की अच्छी प्रकार से तैयारी की थी और उसे अच्छा फल मिला, हम पी एस टेट की बात कर लें, रमन ने पी एस टेट के एग्जाम की अच्छी तैयारी की थी इसलिए उसे अच्छा फल मिला, एक तो फल वो हो गया, ठीक है। और हम ये कह सकते हैं कि सोहन को, सोहन मंदिर में गया उसे सेब का फल मिला, जब उसे सोहन मंदिर में माथा माथा टेकने के लिए गया उसे वहां से फल मिला, तो मंदिर से कौन सा फल मिलेगा, एक सेब लगा सकते हैं हम, केला लगा सकते हैं, ठीक है, कुछ संतरा कुछ भी कह सकते हैं, वो फल अलग होता है। लेकिन अब हम कहें कि रमन ने पी एस टेट का एग्जाम दिया था, वह उसे रमन ने पी एस टेट एग्जाम की अच्छी तैयारी की थी इसलिए उसे अच्छा फल मिला, तो दोनों जगह पर क्या हुआ, फल का अर्थ अलग अलग निकल रहा है। तो ऐसे शब्द जिसका ऐसा शब्द जो शब्द तो एक हो लेकिन अर्थ उसके दो से अधिक निकले वो कौन से शब्द होते हैं, अनेकार्थी शब्द, जैसे अब फल का अर्थ निकला है। तो अब ऐसे हम बात कर लें धतूरा की, धतूरा एक नशा भी है और एक गहना आभूषण भी कहते हैं, जिसे हम स्त्री जो पहनती है, औरत जो पहनती है आभूषण, उसे भी धतूरा कहते हैं।
तो तुरे का एग्जांपल कैसे लेंगे हम, देख लीजिए कि आप मान लीजिए कोई भी रोहित मंदिर में नहीं आया क्योंकि उसने धतूरा खाया हुआ था, मतलब उसने नशा किया हुआ था। ऐसे हम कह सकते हैं कि सुमन बहुत अच्छी लग रही थी क्योंकि उसने बहुत अच्छा धतूरा पहना हुआ था, मतलब गहने आभूषण पहने हुए थे। तो आई होप कि आपको नेकार्थी और पर्यायवाची शब्द को का अच्छी तरह से ज्ञान हो गया होगा। कैंडिडेट से एक रिक्वेस्ट है जी, प्लीज़ रिक्वेस्ट मान के चलिए आपसे कि आपकी हेल्प के लिए, क्योंकि काफ़ी ज़्यादा कैंडिडेट्स कमेंट आते हैं तो हर कैंडिडेट्स का रिप्लाई करना थोड़ा मुश्किल हो जाता है, तो आपसे एक रिक्वेस्ट है। रिक्वेस्ट क्या है देखिए जी, रिक्वेस्ट आपके सामने है कि हमने आपकी हेल्प के लिए इंस्टा आईडी बनाई है, आज ही आईडी बनाई है इंस्टा आईडी। तो आप प्लीज़ आपको अगर किसी भी तरह की हेल्प की ज़रूरत है, जब आप अपने व्यूज़ देना चाहते हैं हमारी वीडियो को के लिए का किस तरह आपको हमारी वीडियो लगती है, तो आप प्लीज़ एवरी टाइम स्टडी 123 हमारी इंस्टाग्राम आईडी है, इसको जाकर प्लीज़ फॉलो कर लें और प्लीज़ अपने अपने व्यूज़ दें। और अगर किसी प्रकार की हेल्प चाहिए तो आप इंस्टा आईडी पर हमें फॉलो करके मैसेज कर सकते हैं। आई होप कि आपको वीडियो अच्छी लगी होगी, वीडियो अच्छी लगी तो लाइक कर दें, साथ में चैनल को सब्सक्राइब करें। थैंक यू।